ਸਤਿਕਾਰ ਜੀ ਚੈਨਲ ਸਤਰੰਗ ਦਾ ਪ੍ਰੋਗਰਾਮ ਸਤਰੰਗ ਸੈਲੀਬ੍ਰਿਟੀ ਵੇਖ ਰਹੇ ਸਾਰੇ ਹੀ ਪੰਜਾਬੀ ਸਰੋਤਿਆਂ ਨੂੰ ਮੇਰੇ ਵੱਲੋਂ ਪ੍ਰੋਗਰਾਮ ਵਿੱਚ ਨਿੱਘਾ ਸਵਾਗਤ ਹੈ ਜੀ। ਮੈਂ ਹਾਂ ਤੁਹਾਡਾ ਆਪਣਾ ਸਤਵੀਰ ਸੱਤੀ ਅਤੇ ਦੋਸਤੋ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਅਸੀਂ ਪ੍ਰੋਗਰਾਮ ਦੇ ਵਿੱਚ ਤੁਹਾਨੂੰ ਹਰ ਵਾਰ ਇੱਕ ਨਵੀਂ ਸੈਲੀਬ੍ਰਿਟੀ ਗੈਸਟ ਦੇ ਨਾਲ ਰੂਬਰੂ ਕਰਵਾਉਂਦੇ ਹਾਂ ਅਤੇ ਅੱਜ ਸਾਡੇ ਨਾਲ ਪੰਜਾਬ ਦੇ ਉੱਭਰਦੇ ਗਾਇਕ ਜੈ ਮਸੂਤਾ ਜੀ ਇਸ ਪ੍ਰੋਗਰਾਮ ਦੇ ਵਿੱਚ ਮੌਜੂਦ ਨੇ। ਸੋ ਆਪਾਂ ਗੱਲਾਂ ਬਾਤਾਂ ਕਰਦੇ ਹਾਂ ਜੈ ਮਸੂਤਾ ਜੀ ਦੇ ਨਾਲ। ਸਭ ਤੋਂ ਪਹਿਲਾਂ ਤਾਂ ਜੀ ਤੁਹਾਡਾ ਸਵਾਗਤ ਹੈ ਸਾਡੇ ਪ੍ਰੋਗਰਾਮ ਦੇ ਵਿੱਚ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਗੱਲਾਂ ਬਾਤਾਂ ਦਾ ਸਿਲਸਿਲਾ ਇੱਥੋਂ ਸ਼ੁਰੂ ਕਰਦੇ ਹਾਂ ਜੀ। ਸਭ ਤੋਂ ਪਹਿਲਾਂ ਤਾਂ ਜੈਸ ਜੀ ਜਿਵੇਂ ਕਿ ਤੁਹਾਡਾ ਪੰਜਾਬੀ ਇੰਡਸਟਰੀ ਦੇ ਵਿੱਚ ਬਿਲਕੁਲ ਨਵੀਂ ਐਂਟਰੀ ਹੋਈ ਹੈ, ਸੋ ਸਾਡੇ ਦਰਸ਼ਕਾਂ ਨੂੰ ਆਪਣੇ ਬਾਰੇ ਜ਼ਰੂਰ ਥੋੜ੍ਹਾ ਦੱਸੋ। ਮੈਂ ਜੈਸ ਮਸੂਤਾ, ਮੈਂ ਪਿੰਡ ਨਾਰਾਇਣਗੜ੍ਹ ਚੁੰਗਿਆਂ ਦਾ ਰਹਿਣ ਵਾਲਾ ਹਾਂ, ਮੋਹਾਲੀ ਦੇ ਨੇੜੇ, ਅਤੇ ਮੇਰੀ ਫੈਮਿਲੀ 'ਚ ਮੈਂ ਅਤੇ ਮੇਰੀ ਮਦਰ ਅਤੇ ਮੇਰੇ ਇੱਕ ਛੋਟੇ ਸਿਸਟਰ ਹਨ। ਅਤੇ ਇਸ ਤੋਂ ਬਾਅਦ ਗੱਲ ਕਰੀਏ ਜੀ ਤੁਹਾਡੇ ਮਿਊਜ਼ਿਕ ਲਾਈਨ ਬਾਰੇ, ਹੈ ਨਾ, ਕਿ ਇਸ ਇੰਡਸਟਰੀ ਦੇ ਵਿੱਚ ਤੁਸੀਂ ਆਉਣ ਵਾਸਤੇ ਪਹਿਲਾਂ ਸਟੱਡੀ ਮਿਊਜ਼ਿਕ ਦੇ ਵਿੱਚ ਹੀ ਕੀਤੀ ਹੈ ਜਾਂ ਮਤਲਬ ਕਿ ਸਿੱਖਣਾ ਸਿਰਫ ਇਕੱਲਾ ਮਿਊਜ਼ਿਕ ਕੀਤਾ ਜਾਂ ਮਤਲਬ ਕਿ ਸਟੱਡੀ ਵੀ ਪਹਿਲਾਂ ਮਿਊਜ਼ਿਕ ਦੀ ਹੀ ਕੀਤੀ? ਮੈਂ ਪਲੱਸ ਵਨ ਤੋਂ ਮਿਊਜ਼ਿਕ ਕਲਾਸਿਸ ਸਟਾਰਟ ਕੀਤੀ ਸੀਗੀ ਅਤੇ ਮੈਂ ਸਟੱਡੀ ਕਰਦਾ ਸੀਗਾ ਨਾਲ ਨਾਲ, ਅਤੇ ਪਲੱਸ ਟੂ ਤੱਕ ਮੈਂ ਸਟੱਡੀ ਕੀਤੀ ਅਤੇ ਮੈਂ ਮਿਊਜ਼ਿਕ ਕਲਾਸਿਸ ਲੈ ਰਿਹਾ ਹਾਂ ਜਿਰਕਪੁਰ ਸਤਨਾਮ ਸਰ ਤੋਂ, ਜੋਤ ਰਿਕਾਰਡਿੰਗ ਸਟੂਡੀਓ ਤੋਂ। ਉੱਥੋਂ ਮੈਂ ਡੇਢ ਸਾਲ ਹੋ ਗਿਆ, ਇੱਕ ਡੇਢ ਸਾਲ ਮਿਊਜ਼ਿਕ ਕਲਾਸਿਸ ਲਾ ਰਿਹਾ। ਕਿਆ ਬਾਤ ਹੈ ਜੀ, ਸਿੱਖਣਾ ਬਹੁਤ ਹੀ ਜ਼ਿਆਦਾ ਜ਼ਰੂਰੀ ਹੁੰਦਾ ਹੈ ਹਰ ਇੱਕ ਲਾਈਨ ਦੇ ਵਿੱਚ। ਸੋ ਜੇ ਗੱਲ ਕਰੀਏ ਆਪਾਂ ਤੁਹਾਡੇ ਮਿਊਜ਼ਿਕ ਬੈਕਗਰਾਊਂਡ ਦੇ ਬਾਰੇ, ਹੈ ਨਾ, ਤੁਹਾਡੀ ਫੈਮਿਲੀ ਦੇ ਵਿੱਚ ਵੀ ਕੋਈ ਮਿਊਜ਼ਿਕ ਦੇ ਨਾਲ ਰਿਲੇਟਡ ਸੀ ਜਾਂ ਮਤਲਬ ਕਿ ਤੁਸੀਂ ਹੀ ਪਹਿਲਾਂ ਕਦਮ ਪੁੱਟੇ ਇਸ ਲਾਈਨ ਦੇ ਵਿੱਚ ਆਉਣ ਵਾਸਤੇ? ਨਹੀਂ, ਮੇਰਾ ਹੀ ਸ਼ੌਂਕ ਸੀਗਾ ਮਿਊਜ਼ਿਕ ਦੀ ਲਾਈਨ 'ਚ, ਅਤੇ ਮੇਰਾ ਕਾਫੀ ਦੇਰ ਤੋਂ ਸ਼ੌਂਕ ਸੀਗਾ ਇਹ, ਅਤੇ ਹੁਣ ਮੈਨੂੰ ਲੱਗ ਰਿਹਾ ਕਿ ਮੇਰਾ ਇਹ ਸ਼ੌਂਕ ਹੌਲੀ ਹੌਲੀ ਪੂਰਾ ਹੋ ਰਿਹਾ ਹੈ। ਅਤੇ ਜੇ ਗੱਲ ਕੀਤੀ ਜਾਵੇ ਆਪਾਂ ਤੁਹਾਡੇ ਨਵੇਂ ਟਰੈਕ ਬਾਰੇ ਜਿਹਦੇ ਨਾਲ ਤੁਸੀਂ ਡੈਬਿਊ ਕੀਤਾ ਪੈਗ ਗਾਣਾ, ਹੈ ਨਾ, ਅਤੇ ਆਪਾਂ ਪਹਿਲਾਂ ਉਹਦੀਆਂ ਦੋ ਕੁ ਲਾਈਨਾਂ ਤੁਹਾਡੇ ਤੋਂ ਸੁਣਨਾ ਚਾਹਾਂਗੇ ਅਤੇ ਉਸ ਤੋਂ ਬਾਅਦ ਜਾਣਨਾ ਚਾਹਾਂਗੇ ਕਿ ਤੁਹਾਡੇ ਇਸ ਗਾਣੇ ਦੀ ਟੀਮ ਬਾਰੇ। ਹੱਚੀ ਰਾਹ ਪਿੱਛੋਂ ਜਦੋਂ ਸਾਰੇ ਯਾਰ ਵੇਲੀ ਮਿਲਦੇ ਇੱਕ ਦੂਜੇ ਨਾਲ ਪੇਤ ਖੋਲਦੇ ਨੇ ਦਿਲ ਦੇ, ਮਿੱਤਰਾਂ ਨੇ ਪੈ ਗਿਆ ਰਾ ਤੇਰਨਾ ਦਾ ਪਤਾ ਹੁਣ ਗੁੱਸਾ ਕਰ ਗਿੱਲਾ ਭਾਵੇਂ ਲਾਉਣਾ ਪੈਣਾ ਏ। ਬਹੁਤ ਸੋਹਣਾ ਗੀਤ ਜੈਸ ਜੀ, ਤੁਸੀਂ ਬਹੁਤ ਸੋਹਣਾ ਪੈਗ ਗੀਤ ਬਹੁਤ ਸੋਹਣਾ ਸੁਣਾਇਆ, ਥੈਂਕ ਯੂ। ਅਤੇ ਆਪਾਂ ਗੱਲ ਕਰੀਏ ਇਸ ਗਾਣੇ ਦੀ ਟੀਮ ਬਾਰੇ, ਹੈ ਨਾ, ਹਾਂਜੀ, ਕਿ ਮਤਲਬ ਕਿ ਇਸ ਗਾਣੇ ਦੇ ਵਿੱਚ ਹਰ ਇੱਕ ਗੀਤ ਨੂੰ ਕੰਪਲੀਟ ਕਰਨ ਵਾਸਤੇ ਇੱਕ ਟੀਮ ਦਾ ਹੱਥ ਹੁੰਦਾ, ਹੈ ਨਾ, ਹਾਂਜੀ ਹਾਂਜੀ, ਤਾਂ ਇਸ ਗਾਣੇ ਨੂੰ ਕਿਹਨੇ ਲਿਖਿਆ ਅਤੇ ਕਿਹਨੇ ਮਿਊਜ਼ਿਕ ਦਿੱਤਾ ਅਤੇ ਕਿਹਨੇ ਵੀਡੀਓ ਕੀਤਾ, ਸਾਡੇ ਦਰਸ਼ਕਾਂ ਨੂੰ ਉਸ ਬਾਰੇ ਥੋੜ੍ਹਾ ਦੱਸੋ। ਮੈਨੇ ਰਿਕਾਰਡ ਕਰਾਏ ਜਿਰਕਪੁਰ ਤੋਂ ਜੋਤ ਰਿਕਾਰਡਿੰਗ ਸਟੂਡੀਓ ਤੋਂ, ਅਤੇ ਮਿਊਜ਼ਿਕ ਦਿੱਤਾ ਵਿਨੋਦ ਮੰਗੋਲੀ ਸਰ ਨੇ, ਅਤੇ ਲਾਇਰਿਕਸ ਸੀਗੇ ਆਪਣੇ ਗੁਰਚਰਨ ਸਰ ਦੇ, ਡਾਇਰੈਕਟ ਵੀ ਉਹਨਾਂ ਨੇ ਕੀਤੇ। ਗੁਰਚਰਨ ਜੀ ਜੋ ਕਾਫੀ ਪੰਜਾਬੀ ਦੇ ਹਿੱਟ ਗਾਣੇ ਹੋਰ ਮਾਰਕੀਟ ਦੇ ਵਿੱਚ ਦੇ ਚੁੱਕੇ ਨੇ ਵੱਖ ਵੱਖ ਸਿੰਗਰ ਦੇ ਨਾਲ, ਹਾਂਜੀ, ਅਤੇ ਉਹਨਾਂ ਨਾਲ ਮੁਲਾਕਾਤ ਦਾ ਕਿੱਦਾਂ ਸੁਭਾਅ ਬਣਿਆ? ਮੈਂ ਉਹਨਾਂ ਤੋਂ ਉਹਨਾਂ ਨਾਲ ਮੇਰਾ ਪਹਿਲਾਂ ਵੀ ਪਰਸਨਲ ਰਿਲੇਸ਼ਨ ਸੀਗੇ, ਫੈਮਿਲੀ ਰਿਲੇਸ਼ਨ ਸੀਗੇ ਉਹਨਾਂ ਨਾਲ, ਮੈਂ ਉਹਨਾਂ ਨੂੰ ਪਹਿਲਾਂ ਤੋਂ ਵੀ ਜਾਣਦਾ ਸੀਗਾ, ਅਤੇ ਜਦੋਂ ਮੈਂ ਸਟੱਡੀ ਕਰਦਾ ਸੀਗਾ ਪਹਿਲਾਂ ਉਹਨਾਂ ਤੋਂ ਕਲਾਸਿਸ ਲੈਂਦਾ ਸੀਗਾ, ਟਿਊਸ਼ਨ ਵਗੈਰਾ ਲੈਂਦਾ ਸੀਗਾ, ਇੰਗਲਿਸ਼ ਸਪੀਕਿੰਗ ਹੋ ਗਈ, ਆਈਲੈਟਸ ਕੀਤੀ ਸੀਗੀ ਮੈਂ ਉਹਨਾਂ ਕੋਲ, ਤੋ ਉਦੋਂ ਤੋਂ ਹੀ ਸਾਡਾ ਰਿਲੇਸ਼ਨ ਸੀਗਾ। ਅਤੇ ਫਿਰ ਹੌਲੀ ਹੌਲੀ ਉਸ ਤੋਂ ਬਾਅਦ ਮੈਂ ਸਰ ਨਾਲ ਹਰੇਕ ਗੱਲ ਸ਼ੇਅਰ ਕਰਦਾ ਸੀਗਾ, ਅਤੇ ਮੈਂ ਉਹਨਾਂ ਨੂੰ ਉਹਨਾਂ ਨਾਲ ਸ਼ੇਅਰ ਕੀਤੀ ਕਿ ਮੈਂ ਮਿਊਜ਼ਿਕ ਕਲਾਸਿਸ ਲਗਾਉਣੀ ਹੈ, ਕਿ ਤੁਸੀਂ ਦੱਸੋ ਕਿ ਮੇਰੇ ਨਾਲ ਮੇਰੀ ਥੋੜ੍ਹੀ ਹੈਲਪ ਕਰੋ, ਅਤੇ ਉਹਨਾਂ ਨੇ ਸਟੂਡੀਓ ਸੀਗਾ ਉੱਥੇ ਸਤਨਾਮ ਸਰ ਤੋਂ, ਫਿਰ ਮੈਂ ਕਲਾਸਿਸ ਲਾਉਣੀ ਸਟਾਰਟ ਕੀਤੀ। ਇੱਕ ਫੈਮਿਲੀ ਦੇ ਨਾਲ ਨਾਲ ਯਾਰ, ਹੈ ਨਾ, ਉਹ ਵੀ ਬਹੁਤ ਜ਼ਰੂਰੀ, ਜਿਵੇਂ ਕਿ ਤੁਹਾਡਾ ਗਾਣਾ ਵੈਸੇ ਯਾਰਾਂ ਦੇ ਉੱਪਰ ਹੀ ਹੈਗਾ, ਹੈ ਨਾ, ਸਾਰਾ, ਹਾਂਜੀ, ਯਾਰਾਂ ਦੋਸਤਾਂ ਦੇ ਉੱਪਰ, ਯਾਰਾਂ ਦੀ ਸਪੋਰਟ ਤੁਹਾਨੂੰ ਇਸ ਗਾਣੇ ਵਾਸਤੇ ਜਾਂ ਤੁਹਾਨੂੰ ਇਸ ਲਾਈਨ ਦੇ ਵਿੱਚ ਲੈ ਕੇ ਆਉਣ ਵਾਸਤੇ ਕਿੰਨੀ ਕੁ ਰਹੀ ਹੈ? ਯਾਰਾਂ ਦੋਸਤਾਂ ਦੀ ਸਪੋਰਟ ਮੈਨੂੰ ਬਹੁਤ ਵਧੀਆ ਰਹੇ ਜੀ, ਸਾਰਿਆਂ ਨੇ ਮੈਨੂੰ ਜਦੋਂ ਮੈਂ ਸੌਂਗ ਕਰਨਾ ਸੀਗਾ, ਮੈਂ ਯਾਰਾਂ ਦੋਸਤਾਂ ਨੂੰ ਪੁੱਛਿਆ ਕਿ ਆਪਾਂ ਨੇ ਸੌਂਗ ਕਰਨਾ, ਸਾਰਿਆਂ ਨੇ ਮੈਨੂੰ ਹੱਲਾਸ਼ੇਰੀ ਦੇਈ ਕਿ
ਅਸੀਂ ਤੇਰੇ ਨਾਲ ਆ ਤੂੰ ਕਰ ਵੀ ਜਿੰਨੀ ਹੈਲਪ ਸਾਤੋਂ ਹੋਊਗੀ ਉਨੀ ਕਰਾਂਗੇ ਅਤੇ ਯਾਰਾਂ ਦੋਸਤਾਂ ਨੇ ਹੈਲਪ ਵੀ ਕੀਤੀ ਮੈਨੂੰ ਅਤੇ ਸੌਂਗ ਹੋ ਗਿਆ ਅਤੇ ਅੱਜ ਇੱਥੇ ਲਿਆਏ ਯਾਰ ਦੋਸਤ ਬਿਲਕੁਲ ਅਤੇ ਸਭ ਤੋਂ ਮਜ਼ੇਦਾਰ ਪਲ ਹੁੰਦੇ ਆ ਨਾ ਕਿ ਲਾਈਫ ਦੇ ਵਿੱਚ ਜਦੋਂ ਆਪਣਾ ਡੈਬੀ ਹੁੰਦਾ ਹੈ ਨਾ ਹਾਂਜੀ ਕਿਸੇ ਵੀ ਆਪਾਂ ਲਾਈਨ ਦੇ ਵਿੱਚ ਪਹਿਲਾ ਕਦਮ ਰੱਖਦੇ ਹਾਂ ਹਾਂਜੀ ਤਾਂ ਉਸ ਪਲ ਦੀਆਂ ਕੁਛ ਯਾਦਾਂ ਆਪਣੇ ਨਾਲ ਜੁੜ ਜਾਂਦੀਆਂ ਨੇ ਹੈ ਨਾ ਹਾਂਜੀ ਹਾਂਜੀ ਤੁਹਾਡਾ ਮਿਊਜ਼ਿਕ ਦੇ ਵਿੱਚ ਪਹਿਲਾ ਗਾਣਾ ਸੀਗਾ ਇਹ ਪੈਗ ਹੈ ਨਾ ਹਾਂਜੀ ਅਤੇ ਵੀਡੀਓ ਦਾ ਵੀ ਪਹਿਲਾ ਚਾਂਸ ਸੀਗਾ ਹਾਂਜੀ ਅਤੇ ਸਟੂਡੀਓ ਦੇ ਵਿੱਚ ਵੀ ਸੋ ਇਸੇ ਦੌਰਾਨ ਕੁਝ ਯਾਦਗਾਰੀ ਪਲ ਆਪਣੇ ਲਾਈਫ ਦੇ ਵਿੱਚ ਜੁੜ ਜਾਂਦੇ ਨੇ ਹਾਂਜੀ ਹਾਂਜੀ ਤਾਂ ਕੋਈ ਇੱਦਾਂ ਦਾ ਪਲ ਤੁਸੀਂ ਜੋ ਸ਼ੇਅਰ ਕਰਨਾ ਚਾਹੋ ਸਾਡੇ ਦਰਸ਼ਕਾਂ ਦੇ ਨਾਲ ਪਲ ਮੈਂ ਜਦੋਂ ਆਪਣੀ ਸ਼ੂਟਿੰਗ ਦੀ ਡੇਟ ਫਿਕਸ ਹੋ ਗਈ ਸੀਗੀ ਤਾਂ ਉਸ ਤੋਂ ਬਾਅਦ ਸ਼ੂਟਿੰਗ ਦੇ ਜਿਸ ਦਿਨ ਸ਼ੂਟਿੰਗ ਸੀਗੀ ਉਸ ਤੋਂ ਇੱਕ ਦਿਨ ਪਹਿਲਾਂ ਮੈਂ ਕਾਫੀ ਨਰਵਸ ਜਿਹਾ ਹੋ ਗਿਆ ਸੀਗਾ ਨਾ ਕਿ ਮੈਂ ਕੈਮਰਾ ਕਿੱਦਾਂ ਫੇਸ ਕਰਾਂਗਾ ਤਾਂ ਫਿਰ ਉੱਥੇ ਗਿਆ ਮੈਂ ਅਤੇ ਜਦੋਂ ਸ਼ੂਟਿੰਗ ਸਟਾਰਟ ਹੋਈ ਕਾਫੀ ਮੈਂ ਨਰਵਸ ਹੋ ਗਿਆ ਸੀਗਾ ਫਰੈਂਡਸ ਵੀ ਸੀਗੇ ਫਿਰ ਉਹਨਾਂ ਨੇ ਮੈਨੂੰ ਹੱਲਾਸ਼ੇਰੀ ਦੇਈ ਫਰੈਂਡਸ ਸਰਕਲ ਸੀਗਾ ਆਪਣਾ ਸਾਰਾ ਅਤੇ ਸੌਂਗ ਦੇ ਵਿੱਚ ਵੀ ਮੇਰੇ ਫਰੈਂਡਸ ਨੇ ਚਾਰ ਪੰਜ ਅਤੇ ਫਿਰ ਜਦੋਂ ਇਕੱਠਾ ਕੰਮ ਕਰਿਆ ਆਪਣੇ ਸਾਰਿਆਂ ਨੇ ਮਿਲ ਕੇ ਅਤੇ ਸਭ ਕੁਛ ਓਕੇ ਹੋ ਗਿਆ ਵਧੀਆ ਹੋ ਗਿਆ ਸਾਰਾ ਹਾਂਜੀ ਅਤੇ ਨੈਕਸਟ ਆਪਣਾ ਪਲੈਨ ਕੋਈ ਅੱਗੇ ਫਿਊਚਰ ਦੇ ਵਿੱਚ ਤੁਹਾਡਾ ਕੋਈ ਗੀਤ ਆ ਰਿਹਾ ਹਾਂਜੀ ਆਪਾਂ ਨੈਕਸਟ ਕਰ ਰਹੇ ਬਹੁਤ ਜਲਦੀ ਲੋਕ ਤੱਤ ਆ ਰਿਹਾ ਜੀ ਆਪਣਾ ਗੀਤ ਅਤੇ ਉਮੀਦ ਹੈ ਜਿੱਦਾਂ ਇਹ ਸਾਰਿਆਂ ਨੇ ਸਪੋਰਟ ਕੀਤੀ ਵਧੀਆ ਲੱਗਿਆ ਸਾਰਿਆਂ ਨੂੰ ਅੱਗੇ ਅੱਗੇ ਹੋਰ ਵਧੀਆ ਪ੍ਰੋਜੈਕਟ ਲਿਆਉਂਦਾ ਰਹਾਂਗੇ ਅਤੇ ਜਿਹੜਾ ਲੋਕ ਤੱਤ ਹੈ ਉਮੀਦ ਹੈ ਕਿ ਸਾਰਿਆਂ ਨੂੰ ਵਧੀਆ ਲੱਗੂਗਾ ਅਤੇ ਵੈਸੇ ਪਰਸਨਲੀ ਤੌਰ 'ਤੇ ਆਪਾਂ ਗੱਲ ਕੀਤੀ ਜਾਵੇ ਤਾਂ ਤੁਹਾਨੂੰ ਕਿਸ ਤਰ੍ਹਾਂ ਦੀ ਗਾਇਕੀ ਦੇ ਵਿੱਚ ਹੈ ਨਾ ਇੰਟਰਸਟ ਹੈਗਾ ਕਈ ਰੋਮੈਂਟਿਕ ਗਾਣਾ ਪਸੰਦ ਕਰਦੇ ਨੇ ਕਈ ਲੋਕ ਤਾਂ ਜਿਵੇਂ ਸੱਚਾਈਆਂ ਤੁਸੀਂ ਗੱਲ ਕਰਦੇ ਹੋ ਹੈ ਨਾ ਹਾਂਜੀ ਜਿਵੇਂ ਕਈ ਦਾਰੂ ਦੇ ਉੱਤੇ ਜਾਂ ਸੋ ਤੁਹਾਡਾ ਪਰਸਨਲ ਇੰਟਰਸਟ ਕਿਸ ਟਾਈਪ ਦੀ ਸਿੰਗਿੰਗ ਦੇ ਵਿੱਚ ਹੈਗਾ ਮੇਰਾ ਪਰਸਨਲ ਇੰਟਰਸਟ ਹੈਗਾ ਕਿ ਲੋਕ ਤੱਤ ਦੇ ਕਿ ਮੈਂ ਜ਼ਿਆਦਾਤਰ ਲੋਕ ਤੱਤ ਗਾਵਾਂ ਵੀ ਜਿਹੜੇ ਲੋਕ ਯੂਥ ਪਸੰਦ ਕਰਨ ਮੈਨੂੰ ਕਿਉਂਕਿ ਜਿਹੜਾ ਉਹਨਾਂ ਨੂੰ ਪਸੰਦ ਹੈ ਉਹੀ ਮੈਨੂੰ ਪਸੰਦ ਆਊਗਾ ਜੋ ਮੈਂ ਕਰਾਂਗਾ ਅਤੇ ਲੋਕਾਂ ਨੂੰ ਪਸੰਦ ਆਉਣੀ ਚਾਹੀਦੀ ਹੈ ਉਹ ਚੀਜ਼ ਬਿਲਕੁਲ ਹਾਂਜੀ ਅਖੀਰ ਜੋ ਰਿਜ਼ਲਟ ਹੁੰਦਾ ਹਾਂਜੀ ਉਹ ਪਬਲਿਕ ਨੇ ਆਪਾਂ ਨੂੰ ਹਾਂਜੀ ਉਹਨਾਂ ਦੇ ਹੱਥ 'ਚ ਇਹ ਸਾਰਾ ਕੁਛ ਹਾਂਜੀ ਅਤੇ ਜੈਸੇ ਜੇ ਗੱਲ ਕੀਤੀ ਜਾਵੇ ਤੁਹਾਡੇ ਨਾ ਇੱਕ ਮਿਊਜ਼ਿਕ ਤਾਂ ਇੱਕ ਵੱਖਰਾ ਪਾਰਟ ਹੋ ਗਿਆ ਨਾ ਲਾਈਫ ਦਾ ਤੁਹਾਨੂੰ ਇਸਦੇ ਵਿੱਚ ਇੰਟਰਸਟ ਸੀਗਾ ਤੁਸੀਂ ਇਸ ਲਾਈਨ ਦੇ ਵਿੱਚ ਆਪਣੀ ਡੈਬਿਊ ਕਰਕੇ ਗਾਣੇ ਦੇ ਨਾਲ ਐਂਟਰੀ ਕਰ ਵੀ ਲਈ ਹਾਂਜੀ ਅਤੇ ਮਿਊਜ਼ਿਕ ਤੋਂ ਇਲਾਵਾ ਤੁਹਾਡੀ ਅਗਰ ਹੋਰ ਸ਼ੌਂਕਾਂ ਦੀ ਗੱਲ ਕੀਤੀ ਜਾਵੇ ਤਾਂ ਤੁਹਾਡੇ ਹੋਰ ਕਿਹੜੇ ਕਿਹੜੇ ਸ਼ੌਂਕ ਹੋਰ ਮੈਂ ਜ਼ਿਆਦਾਤਰ ਯਾਰਾਂ ਦੋਸਤਾਂ ਨਾਲ ਟਾਈਮ ਸਪੈਂਡ ਕਰਦਾ ਅਤੇ ਉਹਨਾਂ ਨਾਲੇ ਫਰੀ ਟਾਈਮ 'ਚ ਉਹਨਾਂ ਨਾਲ ਕ੍ਰਿਕਟ ਵਗੈਰਾ ਵਾਲੀਬਾਲ ਵਗੈਰਾ ਖੇਡਦਾ ਅਤੇ ਬਾਕੀ ਜ਼ਿਆਦਾ ਮੈਂ ਮਿਊਜ਼ਿਕ 'ਤੇ ਕੰਸਨਟ੍ਰੇਟ ਰੱਖਦਾ ਹਾਂਜੀ ਆਪਣੇ ਡੇਲੀ ਰੂਟੀਨ ਦੇ ਵਿੱਚ ਤੁਸੀਂ ਕਿੰਨਾ ਟਾਈਮ ਆਪਣਾ ਮਿਊਜ਼ਿਕ ਨੂੰ ਦਿੰਦੇ ਹੋ ਕਿੰਨਾ ਮੈਨੇਜ ਕਰਦੇ ਹੋ ਮੈਂ ਡੇਲੀ ਰੂਟੀਨ 'ਚ 2-3 ਘੰਟੇ ਮਿਊਜ਼ਿਕ ਨੂੰ ਦਿੰਦਾ ਅਤੇ ਹਾਂਜੀ ਅਤੇ ਸ਼ਾਮ ਨੂੰ ਯਾਰਾਂ ਦੋਸਤਾਂ ਨਾਲ ਵੀ ਟਾਈਮ ਸਪੈਂਡ ਕਰਦਾ ਦੋ ਘੰਟੇ ਹਾਂਜੀ 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 ਉਹੀ ਅੱਜ ਇੱਥੇ ਤੱਕ ਲੈ ਆਏ ਫਿਰ ਪੇਰੈਂਟਸ ਨਾਲ ਵੀ ਟਾਈਮ ਸਪੈਂਡ ਕਰਨਾ ਹੁੰਦਾ ਜੀ ਅਤੇ ਵੈਸੇ ਜੇ ਗੱਲ ਕੀਤੀ ਜਾਵੇ ਤੁਹਾਡੇ ਪਹਿਲਾਂ ਸੌਂਗ ਤੋਂ ਆਉਣ ਤੋਂ ਪਹਿਲਾਂ ਔਰ ਮਤਲਬ ਕਿ ਸੌਂਗ ਆਉਣ ਤੋਂ ਬਾਅਦ ਕੋਈ ਤੁਹਾਨੂੰ ਲਾਈਫ ਦੇ ਵਿੱਚ ਆਪਣੀ ਫਰਕ ਦਿਖਦਾ ਜਾਂ ਮਤਲਬ ਕਿ ਉੱਦਾਂ ਹੀ ਰੂਟੀਨ ਵਾਈਜ਼ ਚੱਲ ਰਿਹਾ ਨਹੀਂ ਮੈਨੂੰ ਕਾਫੀ ਫਰਕ ਲੱਗਿਆ ਉਸ ਤੋਂ ਬਾਅਦ ਨਾ ਹਾਂਜੀ ਮਤਲਬ ਕਿ ਜਿੱਦਾਂ ਮੈਂ ਜਿਨ੍ਹਾਂ ਨੂੰ ਮੈਂ ਨਹੀਂ ਪਛਾਣਦਾ ਲੋਕ ਜਿਹੜੇ ਮੈਨੂੰ ਪਛਾਣਦੇ ਨਹੀਂ ਉਹਨਾਂ ਨੇ ਮੈਨੂੰ ਟੀ ਵੀ 'ਤੇ ਦੇਖਿਆ ਯੂਟਿਊਬ 'ਤੇ ਦੇਖਿਆ ਅਤੇ ਥੋੜ੍ਹੀ ਮੇਰੀ ਪਛਾਣ ਬਣ ਗਈ ਲੋਕਾਂ 'ਚ ਅਤੇ ਲੋਕ ਲਾਈਕ ਲੱਗ ਗਏ ਕਰਨ ਹਾਂਜੀ ਬਿਲਕੁਲ ਚਲੋ ਗੱਲਾਂ ਦਾ ਸਿਲਸਿਲਾ ਆਪਾਂ ਅੱਗੇ ਜ਼ਰੂਰ ਕਰਾਂਗੇ ਜਦੋਂ ਤੁਹਾਡਾ ਨਵਾਂ ਟਰੈਕ ਹੈਗਾ ਤਾਂ ਆਪਾਂ ਜ਼ਰੂਰ ਤੁਹਾਡੇ ਨਾਲ ਫਿਰ ਅੱਗੇ ਹੋਰ ਆਪਣੇ ਦਰਸ਼ਕਾਂ ਦੇ ਨਾਲ ਜ਼ਰੂਰ ਕਰਵਾ ਕੇ ਹੋਰ ਗੱਲਾਂ ਉਹਨਾਂ ਨਾਲ ਸ਼ੇਅਰ ਕਰਾਂਗੇ ਹਾਂਜੀ ਸੋ ਅੱਜ ਦਾ ਇਹ ਐਪੀਸੋਡ ਅਸੀਂ ਅੱਜ ਇੱਥੇ ਹੀ ਖਤਮ ਕਰਦੇ ਹਾਂ ਅਤੇ ਅੱਗੇ ਉਮੀਦ ਕਰਦੇ ਹਾਂ ਕਿ ਜੈ ਮਸੂਤਾ ਜੀ ਦੇ ਅਗਲੇ ਗੀਤ ਦੇ ਨਾਲ ਅਸੀਂ ਇਹਨਾਂ ਨੂੰ ਫਿਰ ਲੈ ਕੇ ਆਪਣੇ ਪ੍ਰੋਗਰਾਮ ਵਿੱਚ ਹਾਜ਼ਰ ਹੋਵਾਂਗੇ ਅਤੇ ਉਦੋਂ ਤੱਕ ਲਈ ਇੱਦਾਂ ਹੀ ਸਾਡਾ ਪ੍ਰੋਗਰਾਮ ਦੇਖਦੇ ਰਹੋ ਅਤੇ ਲਾਈਕ ਅਤੇ ਸ਼ੇਅਰ ਸਪੋਰਟ ਕਰਦੇ ਰਹੋ ਅਤੇ ਜਿਨ੍ਹਾਂ ਨੇ ਹੁਣ ਤੱਕ ਚੈਨਲ ਸਤਰੰਗ ਨਹੀਂ ਸਬਸਕ੍ਰਾਈਬ ਕੀਤਾ ਸੋ ਮੈਂ ਚਾਹੁੰਦਾ ਕਿ ਉਹ ਚੈਨਲ ਸਤਰੰਗ ਨੂੰ ਜ਼ਰੂਰ ਸਬਸਕ੍ਰਾਈਬ ਕਰ ਲੈਣ ਸੋ ਉਦੋਂ ਤੱਕ ਲਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸਾਰੇ